ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਇਨਲਾਈਟਨ ਅਕੈਡਮੀ ਦੇ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਗੱਲ ਕਰਾਂਗੇ ਪੰਜਾਬ 'ਚ ਮਾਸਟਰ ਕੇਡਰ ਦੇ ਇਗਜ਼ਾਮ ਦੀ ਅਨਾਊਂਸਮੈਂਟ ਹੋਈ ਹੈ ਜੀ, ਹੋਣੇ ਵਾਲੀ ਹੈ, ਠੀਕ ਹੈ ਜੀ। ਹਲੇ ਫੋਰਮ ਓਪਨ ਨਹੀਂ ਹੋਏ ਅਤੇ ਇਸ ਵੀਡੀਓ 'ਚ ਆਪਾਂ ਸਿਲੇਬਸ ਦੀ ਗੱਲ ਕਰਾਂਗੇ ਔਰ ਕਿੰਨੇ ਸਬਜੈਕਟਸ ਹੁੰਦੇ ਨੇ। SST ਦੇ ਵਿੱਚ 4 ਸਬਜੈਕਟ ਹੁੰਦੇ ਨੇ ਜਿਹਦੇ ਵਿੱਚੋਂ ਤੁਸੀਂ 2 ਚੂਜ਼ ਕਰਨੇ ਆ, ਠੀਕ ਹੈ। ਜਿਵੇਂ ਕਿ ਤੁਹਾਡੀ ਸਿਵਿਕਸ ਹੈ, ਇਕੋਨਮੀ ਹੈ, ਜੋਗ੍ਰਫੀ ਹੈ ਐਂਡ ਹਿਸਟਰੀ। ਤੁਸੀਂ ਕੋਈ ਵੀ 2 ਕੋਂਬੀਨੇਸ਼ਨ ਚੂਜ਼ ਕਰਨੇ ਨੇ। 75-75 ਨੰਬਰ ਦੇ ਈਚ 'ਚੋਂ ਕੁਸ਼ਚਨ ਹੁੰਦੇ ਨੇ, ਮਤਲਬ 75 ਕੁਸ਼ਚਨ ਹੁੰਦੇ ਨੇ ਜੋ ਤੁਸੀਂ 2 ਸਬਜੈਕਟ ਚੂਜ਼ ਕਰਦੇ ਹੋ। ਅਤੇ ਹੁਣ ਅਸੀਂ ਦੇਖਦੇ ਹਾਂ ਇਸ ਵੀਡੀਓ 'ਚ ਕਿਹੜੀਆਂ ਬੁੱਕਸ ਪੜ੍ਹਨੀਆਂ ਚਾਹੀਦੀਆਂ ਸਿਲੇਬਸ, ਨੋਟਸ ਅਤੇ ਟੈਸਟ ਸੀਰੀਜ਼ ਬਾਰੇ। ਤਾਂ ਸਭ ਤੋਂ ਪਹਿਲਾਂ ਸਿਲੇਬਸ ਦੀ ਗੱਲ ਕਰਦੀ ਹਾਂ ਮੈਂ, ਪੋਲਿਟੀ, ਠੀਕ ਹੈ, ਸਿਵਿਕਸ ਜਿਹਨੂੰ ਤੁਸੀਂ ਕਹਿੰਦੇ ਹੋ, ਸਿਵਿਕਸ ਪੋਰਸ਼ਨ ਦੀ। ਸੈਂਟਰ ਗਵਰਨਮੈਂਟ, ਪਾਰਲੀਮੈਂਟ, ਲੋਕ ਸਭਾ, ਰਾਜ ਸਭਾ ਦੀ ਗੱਲ ਕੀਤੀ ਆ, ਪ੍ਰੈਜ਼ੀਡੈਂਟ ਦੀ, ਪ੍ਰਾਈਮ ਮਿਨਿਸਟਰ ਦੀ, ਮਤਲਬ ਸੈਂਟਰ ਦੇ, ਯੂਨੀਅਨ ਗਵਰਨਮੈਂਟ ਦੇ ਸਾਰੇ ਐਗਜ਼ੈਕਟਿਵਸ ਦੀ ਗੱਲ ਹੋਈ ਹੈ ਇੱਥੇ, ਠੀਕ ਹੈ ਜੀ। ਨੈਕਸਟ ਹੈ ਸਟੇਟ ਲੈਵਲ ਗਵਰਨਮੈਂਟ ਦੀ। ਹੁਣ ਦੇਖੋ ਪ੍ਰੈਜ਼ੀਡੈਂਟ ਦੀ ਗੱਲ ਹੋਈ ਹੈ ਤਾਂ ਵਾਈਸ ਪ੍ਰੈਜ਼ੀਡੈਂਟ ਵੀ ਪੜ੍ਹਨਾ ਹੀ ਹੈ, ਠੀਕ ਹੈ। ਤਾਂ ਸਟੇਟ ਲੈਵਲ ਗਵਰਨਮੈਂਟ ਦੀ ਗੱਲ ਹੋਈ ਹੈ, ਗਵਰਨਰ ਦੀ ਗੱਲ ਹੋਈ ਹੈ, ਚੀਫ ਮਿਨਿਸਟਰ ਆਫ ਸਟੇਟ ਅਪੁਆਇੰਟਮੈਂਟ, ਫੰਕਸ਼ਨ ਆਫ ਚੀਫ ਮਿਨਿਸਟਰ, ਦੈਨ ਫੋਰਨ ਪੋਲਿਸੀ, ਠੀਕ ਹੈ, ਪੰਚਸ਼ੀਲ, ਸਿਟੀਜ਼ਨਸ਼ਿਪ, ਔਰਗਨਸ ਆਫ ਗਵਰਨਮੈਂਟ, ਲੈਜਿਸਲੇਟਿਵ, ਐਗਜ਼ੈਕਟਿਵ ਐਂਡ ਜੁਡੀਸ਼ਰੀ, ਸਾਰੇ ਹੀ ਪੜ੍ਹਨੇ ਆਪਾਂ, ਠੀਕ ਹੈ। ਕੋਰਟ, ਸੁਪਰੀਮ ਕੋਰਟ, ਹਾਈ ਕੋਰਟ, ਫੰਡਾਮੈਂਟਲ ਰਾਈਟਸ ਹੈ, UN ਦੇ ਬਾਰੇ, ਏਜੰਸੀਜ਼ ਬਾਰੇ, ਇੰਡੀਅਨ ਫੈਡਰਲ ਸਿਸਟਮ, ਇਲੈਕਸ਼ਨ ਪ੍ਰੋਸੀਜਰ, ਕੌਂਸਟੀਟਿਊਸ਼ਨ ਇਨ ਡਿਟੇਲ, ਫੀਚਰਸ, ਪ੍ਰੀਐਂਬਲ, ਕੰਸੈਪਟ ਐਂਡ ਦੈਨ ਪਾਰਟੀ ਸਿਸਟਮ ਇਨ ਇੰਡੀਆ। ਅਤੇ ਇਹ ਸਾਰਾ ਤੁਸੀਂ ਕਿੱਥੋਂ ਪੜ੍ਹ ਸਕਦੇ ਹੋ, ਲਕਸ਼ਮੀਕਾਂਤ, ਵਨ ਟੋਪ ਸਲਿਊਸ਼ਨ ਫੋਰ ਸਿਵਿਕਸ। ਪੋਲਿਟੀ ਦਾ ਜਦੋਂ ਵੀ ਸਿਲੇਬਸ ਆਉਂਦਾ ਹੈ ਜੀ, ਲਕਸ਼ਮੀਕਾਂਤ ਦੀ ਬੁੱਕ ਆਉਂਦੀ ਹੈ, ਉਹਨੂੰ ਲੈ ਕੇ ਤੁਸੀਂ ਪੜ੍ਹ ਸਕਦੇ ਹੋ। ਡੈਮੋਕ੍ਰੇਸੀ ਐਟ ਰੂਰਲ ਐਂਡ ਅਰਬਨ ਲੈਵਲ, ਇਹ ਸਾਰਾ ਸਿਲੇਬਸ ਉਹਦੇ ਵਿੱਚ ਹੈ, ਠੀਕ ਹੈ। ਨੈਕਸਟ ਜੋਗ੍ਰਫੀ, ਜੋਗ੍ਰਫੀ ਦੇ ਵਿੱਚ ਫਿਜ਼ੀਕਲ ਜੋਗ੍ਰਫੀ ਹੈ, ਪਹਿਲਾਂ ਅਰਥ ਦੀ ਗੱਲ ਕਰੇਗਾ, ਦੈਨ ਐਟਮੋਸਫੇਅਰ, ਵਾਤਾਵਰਣ, ਦੈਨ ਲਿਥੋਸਫੇਅਰ, ਅਰਥ ਦੀ ਸਟਰਕਚਰ ਦੀ, ਠੀਕ ਹੈ, ਫਸਟ ਲੇਅਰ ਇਜ਼ ਲਿਥੋਸਫੇਅਰ, ਦੈਨ ਹਾਈਡਰੋਸਫੇਅਰ, ਓਸ਼ਨਸ ਦੀ, ਠੀਕ ਹੈ, ਦੈਨ ਜੋਗ੍ਰਫੀ ਆਫ ਇੰਡੀਆ ਐਂਡ ਪੰਜਾਬ। ਜੋਗ੍ਰਫੀ ਇਹ ਪੋਰਸ਼ਨ ਤੁਸੀਂ GC ਲਿਓਂਗ 'ਚੋਂ ਕਵਰ ਕਰ ਸਕਦੇ ਹੋ, ਠੀਕ ਹੈ ਜੀ। ਐਂਡ ਦੈਨ ਰਿਸੋਰਸਿਸ ਐਂਡ ਇਨਵਾਇਰਮੈਂਟ, ਇਹ ਵੀ ਉਹਦੇ ਵਿੱਚ ਹੋਊਗਾ, ਤੁਸੀਂ ਉੱਥੇ ਦੇਖ ਸਕਦੇ ਹੋ। ਅਗਰ ਤੁਹਾਨੂੰ ਕੁਝ ਮਿਸਿੰਗ ਲੱਗਦਾ ਹੈ ਤਾਂ ਤੁਸੀਂ NCERT ਤੋਂ ਕਵਰ ਕਰ ਸਕਦੇ ਹੋ, ਠੀਕ ਹੈ ਜੀ। ਵੈਸੇ ਤਾਂ GC ਲਿਓਂਗ 'ਚ ਸਾਰਾ ਕੁਝ ਹੀ ਹੈ, ਤੁਸੀਂ ਉਹਦੇ ਵਿੱਚ ਪੜ੍ਹ ਸਕਦੇ ਹੋ, ਠੀਕ ਹੈ। ਨੈਕਸਟ ਹੈ ਇਕਨੋਮਿਕਸ, ਇਕਨੋਮਿਕਸ ਦੇ ਵਿੱਚ ਕੰਜ਼ਿਊਮਰ ਇਕਲੀਬਰਮ, ਇਹ ਮੈਂ ਤੁਹਾਨੂੰ ਪ੍ਰੈਫਰ ਕਰਾਂਗੀ ਕਿ ਤੁਸੀਂ ਇਹ, ਵੈਸੇ ਤਾਂ ਰਮੇਸ਼ ਸਿੰਘ ਦੀ ਬੁੱਕ ਲੈ ਸਕਦੇ ਹੋ, ਰਮੇਸ਼ ਸਿੰਘ, ਠੀਕ ਹੈ। ਅਗਰ ਨਹੀਂ ਤਾਂ ਤੁਸੀਂ +1 +2 ਦੀ NCERTs ਲੈ ਕੇ ਉਹਨਾਂ 'ਚੋਂ ਟੋਪਿਕ ਵਾਈਜ਼ ਕਵਰ ਕਰ ਲਓ, ਠੀਕ ਹੈ ਜੀ। ਨੈਕਸਟ ਸੇਮ ਇਕੋਨਮੀ ਦਾ ਹੀ ਸਿਲੇਬਸ ਹੈ, ਗਵਰਨਮੈਂਟ ਦਾ ਬਜਟ, ਇਕੋਨਮੀ, ਡਿਟਰਮੀਨੈਂਟਸ ਆਫ ਇਨਕਮ, ਡਿਟਰਮੀਨੇਸ਼ਨ ਆਫ ਇਨਕਮ ਐਂਡ ਇੰਪਲੋਇਮੈਂਟ, ਨੈਸ਼ਨਲ ਇਨਕਮ ਐਂਡ ਟਾਈਪਸ ਆਫ ਇਕੋਨਮੀ, ਇਹ ਸਾਰਾ ਕੁਝ ਤੁਸੀਂ ਇਹਨਾਂ ਬੁੱਕਸ ਤੋਂ ਕਵਰ ਕਰ ਸਕਦੇ ਹੋ। ਨੈਕਸਟ ਹੈ ਹਿਸਟਰੀ, ਹਿਸਟਰੀ ਆਫ ਪੰਜਾਬ, ਸਾਡਾ ਪੰਜਾਬ ਤੋਂ ਕਵਰ ਕਰ ਸਕਦੇ ਹੋ ਜੀ। ਹਿਸਟਰੀ ਦੇ ਵਿੱਚ ਆਪਸ਼ਨ ਸਾਰਾ ਹੀ ਪੰਜਾਬ ਬਾਰੇ ਹੈ, ਠੀਕ ਹੈ, ਐਂਗਲੋ ਮਹਾਰਾਜਾ ਐਂਡ ਹਿਸਟਰੀ, ਹੜੱਪਾ ਸਿਵਲਾਈਜੇਸ਼ਨ ਦੀ ਗੱਲ ਹੈ, ਹਿਸਟਰੀ ਆਫ ਇੰਡੀਆ 'ਚ ਆ ਗਿਆ, ਜੈਨਿਜ਼ਮ, ਠੀਕ ਹੈ ਜੀ, ਦੈਨ ਇਹ ਦਿੱਲੀ ਸਲਤਨਤ ਤੱਕ ਜਾਏਗਾ, ਠੀਕ ਹੈ। ਇਹਨੂੰ ਤੁਸੀਂ ਅਰੀਹੰਤ ਦੀ ਬੁੱਕ 'ਚੋਂ ਕਵਰ ਕਰ ਸਕਦੇ ਹੋ, ਅਰੀਹੰਤ ਦੀ ਬੁੱਕ ਆਉਂਦੀ ਆ 180 ਦੀ, ਵੈਸੇ ਜਨਰਲ ਸਟੱਡੀਜ਼ ਦੀ, ਉਸ ਦੇ ਵਿੱਚ ਸਾਰਾ ਕੁਛ ਹੀ ਹੁੰਦਾ, ਪਰ ਤੁਸੀਂ ਇਹ ਵਾਲਾ ਏਰੀਆ ਉੱਥੋਂ ਕਵਰ ਕਰ ਸਕਦੇ ਹੋ। ਐਂਡ ਵਰਲਡ ਹਿਸਟਰੀ ਵੀ, ਛੋਟੇ ਛੋਟੇ ਨੋਟਸ ਹੈ, ਪੜ੍ਹਨੇ ਈਜ਼ੀ ਹੋ ਜੂਗੇ, ਉਹਦੇ ਵਿੱਚੋਂ ਇਕੋਨਮੀ ਵੀ ਪੜ੍ਹ ਸਕਦੇ ਹੋ। ਬਾਕੀ ਜੋ ਬੁੱਕਸ ਰੈਫਰ ਕੀਤੀਆਂ ਨੇ, ਮਾਸਟਰ ਕੇਡਰ ਦਾ ਇਗਜ਼ਾਮ ਹੈ, ਉਹਦੇ ਵਿੱਚੋਂ ਹੀ ਪੇਪਰ ਦੀ ਤਿਆਰੀ ਕਰਨੀ ਹੈ, ਇਹ ਵਾਲਾ ਏਰੀਆ ਤੁਸੀਂ ਉਹਦੇ ਵਿੱਚੋਂ ਵੀ ਕਵਰ ਕਰ ਸਕਦੇ ਹੋ। ਨੈਕਸਟ, ਅਗਰ ਤੁਸੀਂ ਆਫਲਾਈਨ ਜਾਂ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਹੋ ਇਨਲਾਈਟਨ ਅਕੈਡਮੀ ਤੋਂ, ਤਾਂ ਸਾਡੇ ਔਨਲਾਈਨ ਐਂਡ ਆਫਲਾਈਨ ਦੋਨੋਂ ਬੈਚਸ ਅਵੇਲੇਬਲ ਨੇ, ਤੁਸੀਂ ਸਾਨੂੰ ਇਹਨਾਂ ਨੰਬਰਸ 'ਤੇ ਕਾਲ ਕਰ ਸਕਦੇ ਹੋ, ਠੀਕ ਹੈ। ਤੁਹਾਨੂੰ ਪ੍ਰਿੰਟਡ ਸਟੱਡੀ ਮਟੀਰੀਅਲ, PDFs, ਲਾਈਵ ਐਂਡ ਰਿਕਾਰਡਡ ਲੈਕਚਰ ਦੋਨੋਂ ਅਵੇਲੇਬਲ ਨੇ। ਡਾਊਟ ਸੈਸ਼ਨ ਵੀ ਹੋਏਗਾ ਸਪੈਸ਼ਲ, ਠੀਕ ਹੈ, ਡਿਫਰੈਂਟ ਟਾਈਮਸ 'ਤੇ, ਐਂਡ ਟੈਸਟ ਸੀਰੀਜ਼ ਅਵੇਲੇਬਲ ਹੈ, MCQs, PDF ਦੀ ਅਲੱਗ ਮਿਲਣਗੀਆਂ। ਔਨਲਾਈਨ ਕੋਰਸ ਦਾ ਪ੍ਰਾਈਸ 5000 ਹੈ, ਬਟ ਡਿਸਕਾਊਂਟ ਹੈ ਜੀ 3999 ਦਾ ਟਿਲ 20 ਜਨਵਰੀ ਤੱਕ, ਸੋਰੀ 2022 20 ਜਨਵਰੀ ਤੱਕ ਡਿਸਕਾਊਂਟ ਹੈ। 3999 'ਚ ਕੋਰਸ ਖਰੀਦ ਸਕਦੇ ਹੋ, ਸਾਡੀ ਐਪ 'ਤੇ ਜਾ ਕੇ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ ਇਹਨਾਂ ਨੰਬਰਾਂ 'ਤੇ ਇਨਫੋਰਮੇਸ਼ਨ ਦੇ ਲਈ, ਐਂਡ ਯੂ ਵਿਲ ਗੈਟ ਦ ਇਨਫੋਰਮੇਸ਼ਨ, ਜਾਂ ਵਟਸਐਪ ਵੀ ਕਰ ਸਕਦੇ ਹੋ ਇਹਨਾਂ ਬੋਥ ਨੰਬਰਸ 'ਤੇ। ਥੈਂਕਸ ਫੋਰ ਵਾਚਿੰਗ ਦਿਸ ਵੀਡੀਓ, ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਹੈ, ਪਸੰਦ ਆਉਂਦੀ ਹੈ, ਤਾਂ ਪਲੀਜ਼ ਮੈਕਸੀਮਮ ਮੈਨੂੰ ਸ਼ੇਅਰ ਕਰੋ।
लाइक करो, कमेंट करो एंड साडे चैनल नू सब्सक्राइब करना ना भूलो। थैंक्स।